नमस्कार दोस्तों, मैं हूं थोड़ा दोस्त मनु मोड़। देखो आप सब तो पहले पंजाब जीके की काफ़ी इंपोर्टेंट क्लासेस थ्योरी एंड एमसीक्यू कवर कर चुके हैं। उस तो बाद आप कंप्यूटर रिलेटेड थ्योरी एंड एमसीक्यू भी कवर किए, ठीक है। फॉरेस्ट गार्ड का जिन्ना भी सिलेबस हो सकता, मतलब कि पंजाब जीके एंड कंप्यूटर के रिगार्डिंग, वो ऑलरेडी चैनल पर तुम्हें मिल जाएगा, जाके विजिट कर लियो जो क्लासेस नहीं देखी। था हूँ आप जो पोलिटिकल इशू ने अपने संविधान बारे जो भी टॉपिक दिए ने, है ना, सिलेबस में उन्होंने कवर करा। ਤਾਂ ਕਰਕੇ ਜੇ ਤੁਹਾਨੂੰ ਵੀਡੀਓ ਬੈਨੀਫਿਸ਼ੀਅਲ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਇੱਕ ਪਿਆਰਾ ਜਿਹਾ ਕਮੈਂਟ, ਜੋ ਵੀ ਤੁਹਾਡਾ ਮਨ ਕਰੇ ਕਮੈਂਟ ਜ਼ਰੂਰ ਕਰ ਦਿਓ। ਓਕੇ, ਪੋਲਿਟੀ ਬਾਰੇ ਕਲਾਸਿਸ ਸਟਾਰਟ ਕਰਨ ਲੱਗੇ ਆਪਾਂ। ਪੋਲਿਟੀ ਵਿੱਚ ਕੀ ਹੁੰਦਾ? ਸਭ ਤੋਂ ਪਹਿਲਾਂ ਸੰਵਿਧਾਨ ਹੁੰਦਾ ਹੈ ਨਾ। ਸੰਵਿਧਾਨ ਤੋਂ ਪਹਿਲਾਂ ਕੀ ਹੁੰਦਾ? ਸੰਵਿਧਾਨ ਸਭਾ ਦਾ ਗਠਨ ਹੁੰਦਾ, ਜਿਸ ਵਿੱਚ ਗੱਲਾਂ ਬਾਤਾਂ ਹੁੰਦੀਆਂ ਕਿ ਸੰਵਿਧਾਨ ਕਿਵੇਂ ਬਣੇਗਾ। ਸੰਵਿਧਾਨ ਸਭਾ ਦਾ ਮਤਲਬ ਕੀ ਹੁੰਦਾ? ਕੋਨਸਟੀਟਿਊਸ਼ਨ ਅਸੈਂਬਲੀ। ਉਸ ਵਿੱਚ ਗੱਲਾਂ ਬਾਤਾਂ ਡਿਸਕਸ ਹੁੰਦੀ ਸੀ ਕਿ ਸੰਵਿਧਾਨ ਨੂੰ ਆਪਾਂ ਕਿਹੋ ਜਿਹਾ ਬਣਾਉਣਾ, ਠੀਕ ਹੈ। ਹੁਣ ਸੰਵਿਧਾਨ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਕੀ ਹੈ, ਸੰਵਿਧਾਨ ਸਭਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਠੀਕ ਹੈ। ਅਤੇ ਸੰਵਿਧਾਨ ਸਭਾ ਦੀ ਗੱਲ ਆਪਾਂ ਸਟਾਰਟ ਕਰ ਲੈਂਦੇ ਹਾਂ, ਅਤੇ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ। ਆਲਰੇਡੀ ਆਪਾਂ ਕਰ ਦਿੱਤਾ ਹੈ, ਕਿਉਂਕਿ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦੀ ਮੰਗ ਕਿ ਕਦੋਂ ਹੋਈ ਸੀ? 1895 ਈਸਵੀ ਵਿੱਚ ਹੋਈ ਸੀ। ਅਤੇ ਇੱਕ ਗੱਲ ਹੋਰ ਦੋਸਤੋ, ਪਹਿਲਾਂ ਆਪਾਂ ਥਿਊਰੀ ਪੜ੍ਹਾਂਗੇ, ਐਂਡ ਇਸੇ ਵੀਡੀਓ ਦੇ ਐਂਡ ਵਿੱਚ ਕੁਝ ਜਿਹੜੀ ਆਪਾਂ ਥਿਊਰੀ ਪੜ੍ਹੀ ਹੈ ਉਹਨਾਂ ਦੇ ਰਿਗਾਰਡਿੰਗ ਕੁਝ ਐਮਸੀਕਿਊ ਤੁਹਾਨੂੰ ਕਵਰ ਕਰਵਾਵਾਂਗਾ। ਤਾਂ ਕਰਕੇ ਵੀਡੀਓ ਨੂੰ ਪੂਰਾ ਦੇਖੋ, ਵਿੱਚੋਂ ਸਕਿੱਪ ਨਾ ਕਰਿਓ, ਠੀਕ ਹੈ। ਤਾਂ ਸੰਵਿਧਾਨ ਸਭਾ ਦੀ ਐਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਕੁਐਸਚਨ ਕਈ ਵਾਰ, ਸੰਵਿਧਾਨ ਸਭਾ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ? ਤਾਂ ਯਾਦ ਰੱਖੋ, 1895 ਈਸਵੀ ਵਿੱਚ ਬਾਲ ਗੰਗਾਧਰ ਤਿਲਕ ਦੁਆਰਾ ਕੀਤੀ ਗਈ ਸੀ। ਅਤੇ ਇਹ ਬਾਲ ਗੰਗਾਧਰ ਤਿਲਕ ਨੇ ਕਦੋਂ ਕੀਤੀ ਸੀ? ਜਦੋਂ ਇਸਨੇ ਸਵਰਾਜ ਬਿੱਲ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਰੱਖਿਆ ਸੀ, ਠੀਕ ਹੈ। ਸਵਰਾਜ ਬਿੱਲ ਦੇ ਪੇਸ਼ ਕਰਨ ਦੇ ਦੌਰਾਨ, ਸਵਰਾਜ ਬਿੱਲ ਦਾ ਮਤਲਬ ਵੀ ਇਹ ਸੀ ਕਿ ਸਾਨੂੰ ਆਪਣਾ ਅਧਿਕਾਰ ਚਾਹੀਦਾ ਭਾਰਤ ਉੱਤੇ, ਤੁਹਾਡਾ ਨਹੀਂ। ਤਾਂ ਉਸ ਦੌਰਾਨ ਹੀ ਬਾਲ ਗੰਗਾਧਰ ਤਿਲਕ ਨੇ ਜਿਹੜਾ ਸੰਵਿਧਾਨ ਸਭਾ ਦੇ ਗਠਨ ਬਾਰੇ ਵੀ ਆਪਣੀ ਡਿਮਾਂਡ ਰੱਖ ਦਿੱਤੀ ਸੀ, ਠੀਕ ਹੈ। ਇਸ ਤੋਂ ਬਾਅਦ ਕੀ ਹੋਇਆ, 1922 ਈਸਵੀ ਵਿੱਚ ਮਹਾਤਮਾ ਗਾਂਧੀ ਨੇ ਵੀ ਇਸ ਵਿੱਚ ਹਿੱਸਾ ਲੈ ਲਿਆ। ਮਹਾਤਮਾ ਗਾਂਧੀ ਵੀ ਪੋਲੀਟੀਸ਼ੀਅਨ ਸੀ, ਉਹਨਾਂ ਨੂੰ ਵੀ ਲੱਗਾ ਕਿ ਹਾਂ, ਸਾਡੀ ਪਾਰਟੀ ਨੂੰ ਵੀ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ। ਤਾਂ ਮਹਾਤਮਾ ਗਾਂਧੀ ਨੇ ਵੀ ਸੰਵਿਧਾਨ ਦੀ ਡਿਮਾਂਡ ਲਈ ਆਵਾਜ਼ ਉਠਾ ਦਿੱਤੀ। ਇਸ ਤੋਂ ਬਾਅਦ 1934 ਆਈ। 1934 ਈਸਵੀ ਵਿੱਚ ਐਮ ਐਨ ਰੋਏ, ਜੋ ਕਿ ਕਮਿਊਨੀਸਟ ਪਾਰਟੀ ਦਾ ਪ੍ਰਧਾਨ ਸੀ, ਜਿਵੇਂ ਅੱਜ ਆਪਣੇ ਕੋਲ BJP ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਉਵੇਂ ਉਸ ਟਾਈਮ ਕਿਸੇ ਕਮਿਊਨਿਸਟ ਪਾਰਟੀ ਸੀ ਇੱਕ, ਉਸਦਾ ਜਿਹੜਾ ਨੇਤਾ ਸੀ ਜਾਂ ਪ੍ਰਧਾਨ ਲਗਾ ਲਓ ਮੇਨ ਬੰਦਾ ਸੀ, ਐਮ ਐਨ ਰੋਏ। ਇਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਕਾਫ਼ੀ ਇੰਪੋਰਟੈਂਟ ਪੁਆਇੰਟ ਹੈ, ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਕਮਿਊਨਿਸਟ ਪਾਰਟੀ ਦਾ ਲੀਡਰ ਕੌਣ ਸੀ, ਤਾਂ ਐਮ ਐਨ ਰੋਏ ਸੀ। ਜਾਂ ਇਗਜ਼ਾਮ ਵਿੱਚ ਪੁੱਛ ਲਿਆ ਜਾਵੇਗਾ ਕਿ ਕਮਿਊਨਿਸਟ ਪਾਰਟੀ ਦਾ ਨਿਰਮਾਣ ਕਿਸ ਦੁਆਰਾ ਕੀਤਾ ਗਿਆ ਸੀ, ਤਾਂ ਇਹ ਐਮ ਐਨ ਰੋਏ ਦੁਆਰਾ ਕੀਤਾ ਗਿਆ ਸੀ। ਅਤੇ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ ਦੋਸਤੋ? 1925 ਈਸਵੀ ਵਿੱਚ ਹੋਈ ਸੀ। ਕਾਫ਼ੀ ਇੰਪੋਰਟੈਂਟ ਕੁਐਸਚਨ ਹੈ, ਇਹ ਇਗਜ਼ਾਮ ਵਿੱਚ ਕਾਫ਼ੀ ਵਾਰ ਬਣਦਾ, ਤਾਂ ਕਰਕੇ ਯਾਦ ਰੱਖੋ। 1925 ਈਸਵੀ ਵਿੱਚ ਕਮਿਊਨਿਸਟ ਪਾਰਟੀ ਐਮ ਐਨ ਰਾਏ ਦੁਆਰਾ ਸਥਾਪਨਾ ਕੀਤੀ ਗਈ ਸੀ, ਠੀਕ ਹੈ। ਇਸ ਤੋਂ ਬਾਅਦ 1935 ਈਸਵੀ ਵਿੱਚ ਕਾਂਗਰਸ ਨੇ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਸੰਵਿਧਾਨ ਸਭਾ ਦੀ ਮੰਗ ਫਿਰ ਸਾਹਮਣੇ ਰੱਖ ਦਿੱਤੀ। ਹੁਣ ਕੀ ਹੋਇਆ, ਕਾਂਗਰਸ ਉਸ ਟਾਈਮ ਕਾਫ਼ੀ ਪਾਵਰਫੁਲ ਪਾਰਟੀ ਸੀ, ਮਤਲਬ ਕਿ ਕਾਫ਼ੀ ਵੱਡੀ ਪਾਰਟੀ ਸੀ। ਤਾਂ ਕਾਂਗਰਸ ਨੂੰ ਸੋਰੀ ਬ੍ਰਿਟਿਸ਼ ਸਰਕਾਰ ਨੂੰ ਕੀ ਪਤਾ ਲੱਗਿਆ ਕਿ ਜਿਹੜਾ ਕਿ ਇਸ ਦੇ ਖਿਲਾਫ਼ ਹੈ, ਮਤਲਬ ਕਿ ਇਸ ਦੇ ਰਿਗਾਰਡਿੰਗ, ਸੰਵਿਧਾਨ ਸਭਾ ਦੀ ਮੰਗ ਦੇ ਰਿਗਾਰਡਿੰਗ ਕਾਫ਼ੀ ਆਵਾਜ਼ਾਂ ਉੱਠ ਰਹੀ ਹੈ। ਤਾਂ ਹਾਰ ਕੇ ਕੀ ਕਰਨਾ ਪਿਆ, 1942 ਈਸਵੀ ਵਿੱਚ ਇਹ ਡਿਮਾਂਡ ਮੰਨ ਲਈ ਗਈ। ਕਿਹਨਾਂ ਦੁਆਰਾ? ਅੰਗਰੇਜ਼ਾਂ ਦੁਆਰਾ। ਓਕੇ ਦੋਸਤੋ, ਇੰਨੀ ਗੱਲ ਸਮਝ 'ਚ ਆ ਗਈ, ਤਾਂ ਵੀਡੀਓ ਵਿੱਚ ਯੈਸ ਲਿਖ ਕੇ ਕਮੈਂਟ ਜ਼ਰੂਰ ਕਰ ਦਿਓ ਦੋਸਤੋ। ਹੋਰ ਕੁਛ ਨਹੀਂ ਚਾਹੀਦਾ ਮੈਨੂੰ, ਹੈ ਨਾ, ਲਾਈਕ ਅਤੇ ਕਮੈਂਟ ਕਰਦਾ ਕਰੋ, ਠੀਕ ਹੈ। ਥੋੜ੍ਹਾ ਜਿਹਾ ਮੋਟੀਵੇਟ ਮੈਨੂੰ ਵੀ ਕਰ ਦਿਓ, ਅਤੇ ਤੁਸੀਂ ਵੀ ਸਟੱਡੀ ਕਰਕੇ ਮੋਟੀਵੇਟ ਫੀਲ ਕਰੋ। ਓਕੇ, ਐਂਡ ਇਸ ਤੋਂ ਬਾਅਦ ਕੀ ਹੋਇਆ, ਜਦੋਂ ਅੰਗਰੇਜ਼ਾਂ ਨੇ, ਬ੍ਰਿਟਿਸ਼ ਸਰਕਾਰ ਨੇ ਕੀ ਹੈ, ਐਕਸੈਪਟ ਕਰ ਲਈ, ਮਤਲਬ ਕਿ ਮੰਨ ਲਈ ਕਿ ਹਾਂ, ਤੁਹਾਡਾ ਵੀ ਸੰਵਿਧਾਨ ਦੀ ਸਭਾ ਬਣਾਉਣਾ ਚਾਹੁੰਦੇ ਹੋ, ਜਿਹੜਾ ਅਸੈਂਬਲੀ ਬਣਾਉਣਾ ਚਾਹੁੰਦੇ ਹੋ, ਉਹ ਤੁਹਾਨੂੰ ਮਿਲ ਜਾਵੇਗੀ। ਤਾਂ ਅੰਗਰੇਜ਼ਾਂ ਨੇ ਕੀ ਕੀਤਾ, 11 ਮਾਰਚ 1942 ਈਸਵੀ ਵਿੱਚ, ਠੀਕ ਹੈ, ਭਾਰਤ ਵਿੱਚ ਇੱਕ ਮਿਸ਼ਨ ਭੇਜਿਆ ਜਾਂ ਪ੍ਰਸਤਾਵ ਭੇਜਿਆ, ਜਿਸ ਨੂੰ ਕ੍ਰਿਪਸ ਪ੍ਰਸਤਾਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਕਾਫ਼ੀ ਇੰਪੋਰਟੈਂਟ ਨੇਮ ਹੈ ਦੋਸਤੋ ਇਹ ਕ੍ਰਿਪਸ ਪ੍ਰਸਤਾਵ, ਤੁਸੀਂ ਯਾਦ ਰੱਖੋ, ਜਾਂ ਕ੍ਰਿਪਸ ਮਿਸ਼ਨ ਵੀ ਇਸਨੂੰ ਕਹਿ ਦਿੰਦੇ ਨੇ। ਅਤੇ ਇਗਜ਼ਾਮ ਵਿੱਚ ਕੁਐਸਚਨ ਕੀ ਪੁੱਛਿਆ ਜਾਂਦਾ ਹੈ ਕਿ ਕ੍ਰਿਪਸ ਪ੍ਰਸਤਾਵ ਸੀ ਜਿਹੜਾ, ਜਦੋਂ ਇਹ ਭਾਰਤ ਵਿੱਚ ਆਇਆ ਸੀ ਤਾਂ ਇਸਦਾ ਜਿਹੜਾ ਅਧਿਆਕਸ ਸੀ, ਯਾਨੀ ਹੈੱਡ ਸੀ, ਉਹ ਕੌਣ ਸੀ? ਤਾਂ ਯਾਦ ਰੱਖੋ, ਸਟੇ ਫੋਰਡ ਕ੍ਰਿਪਸ ਸੀ, ਇਸਦਾ ਹੈੱਡ ਸੀ, ਠੀਕ ਹੈ। ਇਸ ਤੋਂ ਬਾਅਦ 22 ਮਾਰਚ 1942 ਈਸਵੀ ਵਿੱਚ ਸਟੇ ਫੋਰਡ ਕ੍ਰਿਪਸ ਨੇ, ਦੇਖੋ 11 ਮਾਰਚ ਵਿੱਚ ਆਇਆ ਸੀ ਸਟੇ ਫੋਰਡ ਕ੍ਰਿਪਸ, ਅਤੇ 22 ਮਾਰਚ ਨੇ ਉਸਨੇ ਇੱਕ ਮੀਟਿੰਗ ਬੁਲਾ ਲਈ, ਮਤਲਬ ਕਿ ਆਪਣੇ ਭਾਰਤੀ ਜਿਹੜੇ ਵੀ ਰਾਜ ਨੇਤਾ ਸੀ ਉਹਨਾਂ ਨਾਲ ਮੀਟਿੰਗ ਬੁਲਾ ਲਈ।
ਅਤੇ ਜਿਸ ਵਿੱਚ ਉਸਨੇ ਸਟੇ ਫੋਰ ਜਿਹੜੇ ਆਪਣਾ ਕ੍ਰਿਪਸ ਪ੍ਰਸਤਾਵ ਆਇਆ ਸੀ ਉਸ ਬਾਰੇ ਇਨਫੋਰਮੇਸ਼ਨ ਯਾਨੀ ਜਾਣਕਾਰੀ ਦੇਣੀ ਸਟਾਰਟ ਕਰ ਦਿੱਤੀ। ਪਰ ਆਪਣੇ ਜਿਹੜੇ ਭਾਰਤੀ ਸੀ ਜਿਸ ਵਿੱਚ ਕਿ ਭਾਰਤੀ ਪਾਰਟੀਆਂ ਸੀ, ਮੁਸਲਿਮ ਲੀਗ ਵੀ ਸੀ ਅਤੇ ਕਾਂਗਰਸ ਵੀ ਸੀ, ਹੈ ਨਾ, ਉਹਨਾਂ ਨੂੰ ਇਹ ਪ੍ਰਸਤਾਵ ਪਸੰਦ ਨਹੀਂ ਆਇਆ ਅਤੇ ਇਸ ਪ੍ਰਸਤਾਵ ਦਾ ਬਾਈਕਾਟ ਕਰ ਦਿੱਤਾ। ਠੀਕ ਹੈ, ਇਸ ਤੋਂ ਬਾਅਦ ਕਿ ਮਾਰਚ 1946 ਈਸਵੀ ਵਿੱਚ ਸਰ ਕਲਾਈਮੈਂਟ ਮੈਂਟਲੀ ਜੋ ਕਿ ਬ੍ਰਿਟਿਸ਼ ਸਰਕਾਰ ਦਾ ਨਵਾਂ ਸ਼ਾਸਕ ਬਣਿਆ ਸੀ, ਉਸਨੇ ਦੁਬਾਰਾ ਕੀ ਕੀਤਾ, ਕੈਬਨਿਟ ਮਿਸ਼ਨ ਨੂੰ ਭਾਰਤ ਵਿੱਚ ਭੇਜਿਆ। ਕੈਬਨਿਟ ਮਿਸ਼ਨ ਵੀ ਕਾਫੀ ਇੰਪੋਰਟੈਂਟ ਨੇਮ ਹੈ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ, ਮੇਨ ਮੇਨ ਪੁਆਇੰਟ ਹੈ ਜਿਹੜੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ ਅਤੇ ਡਾਇਰੈਕਟਲੀ ਐਗਜ਼ਾਮ ਵਿੱਚ ਪੁੱਛੇ ਵੀ ਜਾਣਗੇ। ਤਾਂ ਕਰਕੇ ਰਾਈਟ ਡਾਊਨ ਜ਼ਰੂਰ ਕਰਦੇ ਰਹੋ ਅਤੇ ਜੋ ਵੀ ਤੁਹਾਨੂੰ ਸਮਝ 'ਚ ਆਵੇ ਇੱਕ ਥਿਊਰੀ ਬਣਾ ਲਓ, ਇੱਕ ਇਮੇਜ ਬਣਾ ਲਓ ਮਾਇੰਡ ਵਿੱਚ, ਠੀਕ ਹੈ, ਫਿਰ ਤੁਹਾਨੂੰ ਜ਼ਿਆਦਾ ਲੰਬੇ ਸਮੇਂ ਤੱਕ ਇਹ ਚੀਜ਼ਾਂ ਯਾਦ ਰਹਿਣਗੀਆਂ। ਤਾਂ ਜਿਹੜੀ ਕੈਬਨਿਟ ਮਿਸ਼ਨ ਭੇਜੀ ਸੀ ਉਸ ਵਿੱਚ 3 ਮੈਂਬਰ ਸੀ। ਠੀਕ ਹੈ, ਕੈਬਨਿਟ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਵੀ ਕੁਐਸਚਨ ਕਿ ਕੈਬਨਿਟ ਮਿਸ਼ਨ ਵਿੱਚ ਟੋਟਲ ਕਿੰਨੇ ਮੈਂਬਰ ਇਨਕਲੂਡ ਸੀ, ਤਾਂ 3 ਮੈਂਬਰ ਇਨਕਲੂਡ ਸੀ। ਅਤੇ ਇਹ ਜਿਹੜੇ ਵੀ ਮੈਂਬਰ ਸੀ ਇਹ ਮੰਤਰੀ ਸੀ, ਬ੍ਰਿਟਿਸ਼ ਸਰਕਾਰ ਦੇ ਜਿਹੜੇ ਮਿਨਿਸਟਰ ਸੀ। ਓਕੇ, ਅਤੇ ਇਹ ਕਿਹੜੇ ਕਿਹੜੇ ਸੀ ਜੋ ਭੇਜੇ ਸੀ, ਤਾਂ ਪਹਿਲਾ ਸੀ ਸਟੇਫੋਰਡ ਕ੍ਰਿਪਸ, ਇਹ ਤੋਂ ਬਾਅਦ ਸੀ ਪੈਂਥੇ ਲਾਰੈਂਸ, ਅਤੇ ਤੀਜਾ ਸੀ ਜਿਹੜਾ ਏ ਵੀ ਅਲੈਗਜ਼ੈਂਡਰਾ। ਕਾਫੀ ਇੰਪੋਰਟੈਂਟ ਨੇਮ ਹੈ, ਇਹਨਾਂ ਬਾਰੇ ਐਗਜ਼ਾਮ ਵਿੱਚ ਪੁੱਛਿਆ ਜਾਂਦਾ। ਠੀਕ ਹੈ, ਤਾਂ ਇਹ 3 ਆਏ ਸੀ ਕੈਬਨਿਟ ਮਿਸ਼ਨ ਦੇ ਦੌਰਾਨ ਭਾਰਤ ਵਿੱਚ। ਅਤੇ ਜਿਹੜਾ ਇਹ ਸੈਕਿੰਡ ਸੀ ਪੈਂਥੇ ਲਾਰੈਂਸ, ਇਹ ਇਸ ਜਿਹੜਾ ਮਿਸ਼ਨ ਸੀ ਇਹ ਕਮੇਟੀ ਸੀ ਜਿਹੜੀ ਕੈਬਨਿਟ ਮਿਸ਼ਨ ਦੇ ਜਿਹੜਾ ਅਧਿਅਕਸ਼ ਸੀ ਯਾਨੀ ਮੁਖੀ ਸੀ ਜਾਂ ਹੈੱਡ ਸੀ। ਓਕੇ, ਇਸ ਤੋਂ ਬਾਅਦ ਕੈਬਨਿਟ ਮਿਸ਼ਨ ਦੌਰਾਨ 3 ਮੈਂਬਰਾਂ ਨੇ ਭਾਰਤੀਆਂ ਦੇ ਸਾਹਮਣੇ ਦੋ ਚੀਜ਼ਾਂ ਸਾਹਮਣੇ ਰੱਖੀਆਂ, ਦੋ ਗੱਲਾਂ ਸਾਹਮਣੇ ਰੱਖੀਆਂ ਕੈਬਨਿਟ ਮਿਸ਼ਨ ਦੀ ਜਦੋਂ ਮੀਟਿੰਗ ਹੋਈ। ਠੀਕ ਹੈ, ਪਹਿਲੀ ਗੱਲ ਤਾਂ ਇਹ ਸੀ ਕਿ ਤੁਹਾਡਾ ਜਿਹੜਾ ਸੰਵਿਧਾਨ ਸਭਾ ਬਣਾਉਣ ਦੀ ਡਿਮਾਂਡ ਹੈ ਜਿਹੜੀ ਉਹ ਸਵੀਕਾਰ ਕਰ ਲਈ ਗਈ ਹੈ। ਓਕੇ, ਖੁਸ਼ੀ ਦੀ ਗੱਲ ਸੀ, ਇਹ ਸਾਰੇ ਭਾਰਤੀਆਂ ਲਈ ਸਵੀਕਾਰ ਕਰ ਲਈ ਗਈ ਹੈ। ਅਤੇ ਗੱਲ ਉਹਨਾਂ ਨੇ ਇਸ ਵਿੱਚ ਇੱਕ ਕੀ, ਇਹ ਸੰਵਿਧਾਨ ਹੋਵੇਗਾ ਜਿਹੜਾ ਇਹ ਤੁਹਾਡੇ ਭਾਰਤੀਆਂ ਦੁਆਰਾ ਹੀ ਲਿਖਿਆ ਜਾਵੇ। ਠੀਕ ਹੈ, ਇਸ ਤੋਂ ਬਾਅਦ ਦੋ ਨੰਬਰ ਦੂਜੀ ਨੰਬਰ ਦੀ ਗੱਲ ਕੀ ਕਹੀ ਇਹਨਾਂ ਨੇ ਕਿ ਜਦੋਂ ਤੱਕ ਭਾਰਤ ਵਿੱਚ ਆਪਣਾ ਕੌਨਸਟੀਟਿਊਸ਼ਨ ਜਾਂ ਸੰਵਿਧਾਨ ਨਹੀਂ ਬਣਦਾ ਉਦੋਂ ਤੱਕ ਭਾਰਤ ਵਿੱਚ ਸ਼ਾਸਨ ਹੈ ਜਿਹੜਾ ਉਹ ਅੰਤਰਿਮ ਸਰਕਾਰ ਦੁਆਰਾ ਚਲਾਇਆ ਜਾਵੇਗਾ। ਹੁਣ ਅੰਤਰਿਮ ਸਰਕਾਰ ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ, ਅਤੇ ਸੰਵਿਧਾਨ ਦਾ ਜਿਹੜਾ ਮਤਲਬ ਕਿ ਸਟਾਰਟ ਹੋ ਚੁੱਕਿਆ ਸੀ ਬਣਨ ਦਾ, ਜਿਹੜਾ ਵੀ ਸਟੈਪ ਸਟਾਰਟ ਹੋ ਚੁੱਕੇ ਸੀ ਉਸ ਬਾਰੇ ਵੀ ਆਪਾਂ ਨੈਕਸਟ ਵੀਡੀਓ ਦੀ ਥਿਊਰੀ ਵਿੱਚ ਗੱਲ ਕਰਾਂਗੇ। ਹੁਣ ਆਪਾਂ ਗੱਲ ਕਰ ਲਈਆਂ ਅੱਜ ਦੇ ਐਮ ਸੀ ਕਿਊ, ਜਿਹੜੇ ਵੀ ਥਿਊਰੀ ਤੁਹਾਨੂੰ ਪੜ੍ਹਾਈ ਹੈ ਉਹਨਾਂ ਦੇ ਰਿਗਾਰਡਿੰਗ ਕਾਫੀ ਇੰਪੋਰਟੈਂਟ ਐਮ ਸੀ ਕਿਊ ਨੇ, ਇਹਨਾਂ ਨੂੰ ਰਾਈਟ ਡਾਊਨ ਜ਼ਰੂਰ ਕਰ ਲਿਓ। ਓਕੇ, ਤਾਂ ਸਭ ਤੋਂ ਪਹਿਲਾਂ ਕੁਐਸਚਨ ਕੀ ਬਣਦਾ ਇਸ ਥਿਊਰੀ ਵਿੱਚੋਂ, ਡੈਸ਼ ਨੇ ਪਹਿਲਾਂ ਸੰਵਿਧਾਨਿਕ ਅਸੈਂਬਲੀ ਯਾਨੀ ਸੰਵਿਧਾਨ ਸਭਾ ਦੀ ਮੰਗ ਸ਼ੁਰੂ ਕੀਤੀ ਸੀ, ਮਤਲਬ ਕਿ ਕਿਸ ਦੁਆਰਾ ਕੀਤੀ ਗਈ ਸੀ, ਥਿਊਰੀ ਤੁਸੀਂ ਪੜ੍ਹ ਲਈ ਹੈ, ਆਈ ਹੋਪ ਸਮਝ 'ਚ ਆ ਗਈ ਹੋਵੇਗੀ। ਅਤੇ ਹੁਣ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਥਿਊਰੀ ਵਿੱਚ ਤੁਸੀਂ ਕੀ ਪੜ੍ਹਿਆ, ਕਿ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦੀ ਡਿਮਾਂਡ ਕਿਸਨੇ ਕੀਤੀ ਸੀ। ਆਪਸ਼ਨ ਏ ਮਹਾਤਮਾ ਗਾਂਧੀ, ਆਪਸ਼ਨ ਨੰਬਰ ਬੀ ਐਮ ਐਨ ਰੋਏ, ਆਪਸ਼ਨ ਨੰਬਰ ਸੀ ਜਵਾਹਰ ਲਾਲ ਨਹਿਰੂ, ਆਪਸ਼ਨ ਨੰਬਰ ਡੀ ਬਾਲ ਗੰਗਾਧਰ ਤਿਲਕ। ਓਕੇ, ਅਤੇ ਇਸਦਾ ਰਾਈਟ ਆਂਸਰ ਜਿਹੜਾ ਹੋਵੇਗਾ ਆਪਸ਼ਨ ਨੰਬਰ ਡੀ, ਬਾਲ ਗੰਗਾਧਰ ਤਿਲਕ ਨੇ ਸਭ ਤੋਂ ਪਹਿਲਾਂ ਡਿਮਾਂਡ ਕੀਤੀ ਸੀ। ਠੀਕ ਹੈ, ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਸਵਰਾਜ ਬਿੱਲ ਨੂੰ ਕੌਣ ਪ੍ਰਗਟ ਕਰਦਾ, ਮਤਲਬ ਕਿ ਸਵਰਾਜ ਬਿੱਲ ਸੀ ਜਿਹੜਾ ਇਹ ਕਿਸ ਦੁਆਰਾ ਪੇਸ਼ ਕੀਤਾ ਗਿਆ ਸੀ, ਤਾਂ ਜੇ ਤੁਹਾਨੂੰ ਸਵਾਲ ਦਾ ਆਂਸਰ ਪਤਾ ਹੈ, ਓਬਵੀਅਸ ਪਤਾ ਹੋਵੇਗਾ ਕਿਉਂਕਿ ਇੰਨੀ ਸਿੰਪਲ ਤਰੀਕੇ ਨਾਲ ਮੈਂ ਥਿਊਰੀ ਤੁਹਾਨੂੰ ਸਮਝਾਈ ਹੈ, ਹੈ ਨਾ, ਤਾਂ ਪਤਾ ਹੀ ਹੋਵੇਗਾ। ਨਾਲ ਦੀ ਨਾਲ ਕੁਐਸਚਨ ਨੰਬਰ 2 ਦਾ ਜਿਹੜਾ ਆਪਸ਼ਨ ਹੋਵੇਗਾ ਉਹ ਤੁਸੀਂ ਕਮੈਂਟ ਕਰ ਦਿਓ। ਠੀਕ ਹੈ, ਤਾਂ ਆਪਸ਼ਨ ਤੁਹਾਡੇ ਸਾਹਮਣੇ ਨੇ ਏ ਮਹਾਤਮਾ ਗਾਂਧੀ, ਬੀ ਐਮ ਐਨ ਰੋਏ, ਸੀ ਜਵਾਹਰ ਲਾਲ ਨਹਿਰੂ, ਡੀ ਬਾਲ ਗੰਗਾਧਰ ਤਿਲਕ। ਤਾਂ ਸਵਰਾਜ ਬਿੱਲ ਦੀ ਗੱਲ ਹੋਈ ਸੀ, ਹੈ ਨਾ, ਤਾਂ ਕਿਹਨੇ ਕੀਤਾ ਸੀ ਇਹ ਪੇਸ਼, ਬਾਲ ਗੰਗਾਧਰ ਤਿਲਕ, ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਂਸਰ ਹੋ ਜਾਵੇਗਾ। ਓਕੇ, ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ, ਕ੍ਰਿਪਸ ਪ੍ਰਸਤਾਵ ਭਾਰਤ ਵਿੱਚ ਆਉਂਦਾ ਹੈ, ਕ੍ਰਿਪਸ ਪ੍ਰਸਤਾਵ ਹੈ ਜਿਹੜੇ ਜਿਸ ਬਾਰੇ ਆਪਾਂ ਹੁਣ ਡਿਸਕਸ ਕੀਤਾ ਉਹ ਭਾਰਤ ਵਿੱਚ ਕਦੋਂ ਆਇਆ ਸੀ, ਜਲਦੀ ਨਾਲ ਵੀਡੀਓ ਵਿੱਚ ਕਮੈਂਟ ਕਰ ਦਿਓ ਇਸਦਾ ਆਂਸਰ। ਅਤੇ ਆਪਸ਼ਨ ਤੁਹਾਡੇ ਸਾਹਮਣੇ ਨੇ, ਆਪਸ਼ਨ ਨੰਬਰ ਏ 11 ਮਾਰਚ 1941, ਆਪਸ਼ਨ ਨੰਬਰ ਬੀ 11 ਮਾਰਚ 1942, ਆਪਸ਼ਨ ਨੰਬਰ ਸੀ 11 ਮਾਰਚ 1943, ਆਪਸ਼ਨ ਨੰਬਰ ਡੀ 11 ਮਾਰਚ 1944। ਇਸਦਾ ਜਿਹੜਾ ਰਾਈਟ ਆਂਸਰ ਹੋਵੇਗਾ 11 ਮਾਰਚ 1942 ਈਸਵੀ ਵਿੱਚ ਜਿਹੜਾ ਕ੍ਰਿਪਸ ਪ੍ਰਸਤਾਵ ਸੀ ਉਹ ਭਾਰਤ ਵਿੱਚ ਆਇਆ ਸੀ। ਓਕੇ, ਅਤੇ 11 ਮਾਰਚ ਤੋਂ ਲੈ ਕੇ ਕਦੋਂ ਤੱਕ ਰਿਹਾ ਸੀ ਇਹ, 22 ਮਾਰਚ ਤੱਕ ਭਾਰਤ ਵਿੱਚ ਰਿਹਾ ਸੀ, ਮਤਲਬ 22 ਮਾਰਚ ਨੂੰ ਜਿਹੜੀ ਇਸਦੀ ਲਾਸਟ ਮੀਟਿੰਗ ਸੀ
जो भी क्रिस्पर साहब बीच जानकारी लैके आए थे वह दसन बारे। ठीक है, इस तो बाद क्वेश्चन नंबर 4 की गल करिए, क्रिप्स मिशन या क्रिप्स प्रस्ताव का अध्यक्ष कौन सी? ओके, जे तुम्हें तो पता जल्दी नाल वीडियो विच कमेंट कर दो। तो इसका ऑप्शन थोड़े सामने नीचे ने, ए ए वी अलगजेंडरा, बी पैथिन लोरेंस, सी स्टेफोर्ड क्रिप्स, डी सर क्लाइमेंट बेंटली। तो यह तो ईजी क्वेश्चन है, क्योंकि ऑप्शन नंबर सी स्टेफोर्ड क्रिप्स, इस नाम नाल ही अपन पता लगता क्रिप्स मिशन, तो स्टेफोर्ड क्रिप्स के नाम विच भी क्रिप्स आता है, तो ईजीली रिलेट करके अपन याद हो जाएगा। ओके, आई होप तुहानू ये सारे सवालों के जवाब आते हैं, तो मतलब समझ आ रहे हैं, तो वीडियो में कमेंट भी जरूर कर रहे हो। ओके, इस बाद क्वेश्चन नंबर 5 की गल करिए, भारत में कैबिनेट मिशन किसने भेजा सी? काफ़ी इंपोर्टेंट क्वेश्चन है, तो काफ़ी मतलब कि डीपली क्वेश्चन है, डीप क्वेश्चन है। तो याद रखियो, भारत में क्लाइमेट मिशन, सॉरी कैबिनेट मिशन है जो वह किस द्वारा भेजा गया सी? सर क्लाइमेट बेंटली। तो सर क्लाइमेट बेंटली बेंटली कौन सी उस टाइम की सी? तो 1900 आई थिंक 42 का टाइम सी। ठीक है, तो उस टाइम की सी भी नवी नवी वह सरकार बनी सी, ब्रिटिश ब्रिटिश की नवी सरकार बनी सी, जिसका कौन सी प्रेजिडेंट? सर क्लाइमेट बेंटली सी। एक काफ़ी उदारवादी नेता सी, मतलब कि इसनों मतलब कि भारत को आज़ादी दवाण सब तो मेन हथ है जिहड़ा सर क्लाइमेट मेंटली दा। ठीक है, इसने कहा भी हाँ तुहानू आज़ाद होने का हक है, चको तुसी आपदा बनाओ, जो भी तुसी संविधान सभा का निर्माण करना कर सकते हो। ओके, इस तो बाद क्वेश्चन नंबर 6 की गल करिए, कैबिनेट मिशन कदों भारत में आया से? काफ़ी इंपोर्टेंट क्वेश्चन है, एग्जाम में बहुत बार रिपीट होंगे इस तरह के क्वेश्चन। तो याद रखियो, कैबिनेट मिशन कदों आया से भारत? ऑप्शन नंबर बी मार्च 1946 ईस्वी में कैबिनेट मिशन भारत में आया से। ओके, इस बाद क्वेश्चन नंबर 7 की गल करिए, कैबिनेट मिशन में किन्ने मैंबर शामिल से? यह ईजी क्वेश्चन, आई होप थोनू जरूर पता होगा जो थ्योरी ध्यान नाल पढ़ी है, तो जल्दी नाल कमेंट कर दो किन्ने कैबिनेट मिशन में किन्ने मैंबर शामिल से। तो टोटल 3 मैंबर कैबिनेट मिशन में शामिल से। क्वेश्चन नंबर 8 की गल करिए, कैबिनेट मिशन का अध्यक्ष कौन सी? तो कैबिनेट मिशन का अध्यक्ष, मैं चंगी तरह तुम्हें समझाया कौन सी? ऑप्शन नंबर बी पैथे लॉरेंस, तो जिहड़ा क्रिप्स प्रस्ताव से उसका कौन सी? उसका सी स्टेफोर्ड क्रिप्स। ठीक है, इसका राइट आंसर जो होगा ऑप्शन नंबर बी होगा, पैथे लॉरेंस जिहड़ा कैबिनेट मिशन का यह अध्यक्ष से।